ਸਿੱਖਿਆ ਦੀ ਇੱਕ ਥਿਉਰੀ ਇਹ ਵੀ ਕਹਿੰਦੀ ਹੈ ਕਿ ਸਿੱਖਿਆ ਵਿਦਿਆਰਥੀ ਦੇ ਅੰਦਰ ਹੁੰਦੀ ਹੈ ਇੱਕ ਐਕਸਪਰਟ ਅਧਿਆਪਕ ਨੇ ਇਹ ਸਿੱਖਿਆ ਨੂੰ ਉਸ ਦੇ ਅੰਦਰੋਂ ਬਾਹਰ ਕੱਢਣਾ ਹੁੰਦਾ ਹੈ ਉਜਾਗਰ ਕਰਨਾ ਹੁੰਦਾ ਹੈ ਉਸ ਦੀ ਥਿੰਕਿੰਗ ਪ੍ਰੋਸੈਸ ਨੂੰ ਸ਼ੁਰੂ ਕਰਨਾ ਹੁੰਦਾ ਹੈ ਤਾਂ ਕਿ ਵਿਦਿਆਰਥੀ ਇਹ ਸਿੱਖਿਆ ਦੇ ਸਾਰੇ ਸਾਰੇ ਸਮਾਜ ਵਿੱਚ ਇੱਕ ਚੰਗਾ ਵਿਅਕਤੀ ਬਣ ਸਕੇ ਤੋਂ ਬਤੌਰ ਅਧਿਆਪਕ ਮੇਰੇ ਨਾਲ ਵੀ ਕੁਝ ਜਿਹਹਾ ਜਿਹਾ ਕੌੜਾ ਤੇ ਮਿੱਠਾ ਤਿਆਰਵਾ ਜਿਹੜਾ ਸੀ ਉਹ ਵਾਪਰਿਆ ਮੈਂ ਸਕੂਲ ਦੇ ਵਿੱਚ ਬਤੌਰ ਇਨਚਾਰਜ ਪ੍ਰਿੰਸੀਪਲ ਸੇਵਾ ਨਿਵਾ ਰਿਆ ਸੀਗਾ ਪਲੱਸ 2 ਦੀ ਵਿਦੈਗੀ ਪਾਰਟੀ ਫੇਅਰਵੈਲ ਪਾਰਟੀ ਆਈ ਉਹਨਾਂ ਦੇ ਗੀਤਾਂ ਦੀ ਸਕਰੀਨਿੰਗ ਦੇ ਲਈ ਇੱਕ ਕਮੇਟੀ ਬਣਾਤੀ ਗਈ ਇੱਕ ਜੈਂਟਸ ਅਧਿਆਪਕ ਅਤੇ ਦੋ ਲੀਡੀ ਅਧਿਆਪਕ ਉਹਦੇ ਮੈਂਬਰ ਬਣਾ ਦਿੱਤੇ ਗਏ ਸਕਰੀਨਿੰਗ ਦੋ ਦਿਨ ਵਧੀਆ ਚੱਲੀ ਤਾਂ ਤੀਜੇ ਦਿਨ ਕਮੇਟੀ ਮੇਰੇ ਕੋਲ ਦਫ਼ਤਰ ਵਿੱਚ ਆ ਕੇ ਕਹਿਣ ਲੱਗੇ ਕਿ ਸਾਰ ਇੱਕ ਨਮੀਸਮਤ ਆ ਗਈ ਹੈ ਹਾਂਜੀ ਦੱਸੋ ਕਹਿੰਦੇ ਜੀ ਪਲੱਸ 2 ਦੇ ਵਿਦਿਆਰਥੀ ਕਿਸੇ ਘਟੀਆ ਗਾਣੇ ਉੱਤੇ ਕੋਰੀਓਗ੍ਰਾਫੀ ਕਰਨਾ ਚਾਹੁੰਦੇ ਨੇ ਅਸੀਂ ਮਨਾ ਕਰ ਦਿੱਤਾ ਪਰੰਤੂ ਨਾਲ ਦੀ ਨਾਲ ਉਹ ਇਸ ਗੱਲ ਦੀ ਧਮਕੀ ਦਿੰਦੇ ਨੇ ਕਿ ਜੇਕਰ ਸਾਨੂੰ ਇਹ ਕੋਰੀਓਗ੍ਰਾਫੀ ਕਰਨ ਦੀ ਅਗਿਆਨ ਨਾ ਦਿੱਤੀ ਤਾਂ ਅਸੀਂ ਪਾਰਟੀ ਦਾ ਬਾਈਕਾਟ ਕਰ ਦੇਵਾਂਗੇ ਸਮੱਸਿਆ ਗੰਭੀਰ ਸੀ ਚੈਲੈਂਜਿੰਗ ਸੀ ਚਲੋ ਮੈਂ ਉਸੇ ਟਾਈਮ ਕਿਹਾ ਕਿ ਚਲੋ ਆਪਾਂ ਕਲਾਸ ਵਿੱਚ ਚੱਲਦੇ ਹਾਂ ਅਸੀਂ ਕਲਾਸ ਵਿੱਚ ਗਏ ਵਿਦਿਆਰਥੀ ਨੂੰ ਕਿਹਾ ਕਿ ਹਾਂਜੀ ਦੱਸੋ ਕਿਹੜੇ ਚਾਰ ਵਿਦਿਆਰਥੀ ਇਹ ਕਿਸੇ ਗੀਤ ਦੇ ਉੱਤੇ ਕੋਰੀਓਗ੍ਰਾਫੀ ਕਰਨਾ ਚਾਹੁੰਦੇ ਨੇ ਚਾਰ ਵਿਦਿਆਰਥੀ ਉੱਠੇ ਉਠਨ ਸਰ ਮੈਂ ਉਹਨਾਂ ਨੂੰ ਕਿਹਾ ਕਿ ਸਾਨੂੰ ਤੁਹਾਡੀ ਕੋਰੀਓਗ੍ਰਾਫੀ ਮਨਜ਼ੂਰ ਹੈ ਮੇਰੇ ਕਹਿਣ ਦੀ ਦੇਰ ਸੀ ਕਿ ਵਿਦਿਆਰਥੀਆਂ ਨੇ ਤੜੀਆਂ ਮਾਰ ਦਿੱਤੀਆਂ ਸਕ੍ਰੀਨਿੰਗ ਕਮੇਟੀ ਵੀ ਪਰੇਸ਼ਾਨ ਕਿ ਸਰ ਕੀ ਕਹੀ ਜਾਂਦੇ ਨੇ ਮੈਂ ਕਿਹਾ ਨਹੀਂ ਮੇਰੀ ਗੱਲ ਵਿਚਾਲੇ ਸਾਡੀ ਇੱਕ ਸ਼ਰਤ ਹੈ ਉਹ ਸ਼ਰਤ ਇਹ ਹੈ ਕਿ ਚਾਰੇ ਵਿਦਿਆਰਥੀ ਆਪਣੀ ਭੈਣ ਜਾਂ ਆਪਣੀ ਮੰਮੀ ਨੂੰ ਉਸ ਦੇ ਨਾਲ ਲੈ ਕੇ ਆਉਣਗੇ ਮਦਰ ਨੂੰ ਨਾਲ ਲੈ ਕੇ ਆਉਣਗੇ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਾਂਗੇ ਪਹਿਲੀ ਲਾਈਨ ਵਿੱਚ ਉਠਾਵਾਂਗੇ ਸੋਫੇ ਤੇ ਪਠਾਵਾਂਗੇ ਚਾਹ ਪਾਣੀ ਪੁੱਛਾਂਗੇ ਪਰੰਤੂ ਉਹ ਪਾਰਟੀ ਤੇ ਜ਼ਰੂਰ ਆਉਣਗੇ ਤਾਂ ਕਿ ਉਹ ਦੇਖ ਸਕਣ ਕਿ ਉਹਨਾਂ ਦੇ ਲਾੜਲੇ ਸਕੂਲ ਵਿੱਚ ਕਿਹੋ ਜਿਹੀ ਸਿੱਖਿਆ ਪ੍ਰਾਪਤ ਕਰ ਰਹੇ ਨੇ ਤੇ ਇਹ ਸਿੱਖਿਆ ਪ੍ਰਾਪਤ ਕਰਕੇ ਅੱਗੇ ਕਿਹੋ ਜਿਹਾ ਪ੍ਰੋਗਰਾਮ ਪੇਸ਼ ਕਰਨਗੇ ਅਤੇ ਇਹੀ ਸਾਰੀ ਗੱਲ ਜਿਹੜੀ ਹੈਗੀ ਆ ਜੇ ਤੁਹਾਨੂੰ ਮਨਜ਼ੂਰ ਹੈ ਤਾਂ ਕੋਰੀਓਗ੍ਰਾਫੀ ਜ਼ਰੂਰ ਕਰ ਲਿਓ ਚਾਰ ਵਿਦਿਆਰਥੀ ਕਹਿੰਦੇ ਸਰ ਸਾਨੂੰ ਇਹ ਮਨਜ਼ੂਰ ਨਹੀਂ ਹੈ ਮੈਂ ਕਿਹਾ ਓਕੇ ਇਦਾਂ ਮਤਲਬ ਤੁਹਾਨੂੰ ਇਹ ਤਾਂ ਗਿਆਨ ਹੈ ਕਿ ਕੋਰੀਓਗ੍ਰਾਫੀ ਭੈਣ ਅਤੇ ਮਦਰ ਨੂੰ ਸੁਣਾਉਣ ਵਾਲੀ ਨਹੀਂ ਹੈ ਪਰੰਤੂ ਤੁਸੀਂ ਹੀਰੋ ਬਣ ਕੇ ਕਲਾਸ ਸਕੂਲ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ਅਤੇ ਆਪਣੀਆਂ ਅਧਿਆਪਕਾਵਾਂ ਨੂੰ ਇਹ ਸੁਣਾਉਣਾ ਚਾਹੁੰਦੇ ਹੋ ਕਿ ਤੁਸੀਂ ਹੀਰੋ ਹੋ ਚਲੋ ਹੁਣ ਗੱਲ ਇੱਥੇ ਮਕਾਉਂਦੇ ਹਾਂ ਕਿ ਬਾਈਕਟ ਕਰਨਾ ਜਾਂ ਨਾ ਕਰਨਾ ਤੁਹਾਡਾ ਡੈਮੋਕਰੇਟ ਰਾਈਟ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਚਲੋ ਤੁਸੀਂ ਜਾਗਰੂਕਤਾ ਹੈਗੇ ਹੋ ਕਿ ਸ਼ਾਇਦ ਜੇਕਰ ਕੋਈ ਅਥਾਰਟੀ ਤੁਹਾਡੇ ਵਿਰੁੱਧ ਚੱਲੇ ਤਾਂ ਤੁਸੀਂ ਕਮ ਸੇ ਕਮ ਕੋਈ ਇਹੋ ਜਿਹਾ ਮੁਜਾਰਾ ਜਲਸਾ ਤਾਂ ਕਰੋਗੇ ਕਰੋਗੇ ਆਪਣੇ ਹੱਕ ਲਈ ਲੜੋਗੇ ਤਾਂ ਲੜੋਗੇ ਪਰੰਤੂ ਤੁਹਾਡਾ ਇਹ ਲੜਨਾ ਠੀਕ ਨਹੀਂ ਹੈ ਚਲੋ ਫਿਰ ਵੀ ਇੱਕ ਗੱਲ ਖਾਸ ਖਿਆਲ ਰੱਖਿਓ ਕਿ ਤੁਹਾਡੀ ਮਾਰਕ ਸ਼ੀਟ ਦੇ ਨਾਲ-ਨਾਲ ਜਦੋਂ ਅਸੀਂ ਕੈਰੈਕਟਰ ਸਰਟੀਫਿਕੇਟ ਦੇਵਾਂਗੇ ਤਾਂ ਉਸ ਕੈਰੈਕਟਰ ਸਰਟੀਫਿਕੇਟ ਵਿੱਚ ਅਸੀਂ ਤੁਹਾਡੀ ਹੌਬੀ ਜ਼ਰੂਰ ਲਿਖਾਂਗੇ। ਅਤੇ ਲਿਖਾਂਗੇ ਕਿ ਤੁਹਾਡੀ ਹੌਬੀ ਕਿਹੋ ਜਿਹੀ ਘਟਿਆ ਗਾਣੇ ਸੁਣਨ ਦੀ ਜਾਂ ਉਹਨਾਂ ਤੇ ਐਕਟਿੰਗ ਕਰਨ ਦੀ ਸੀ, ਕੋਰੀਓਗ੍ਰਾਫੀ ਕਰਨ ਦੀ ਸੀ। ਅਸੀਂ ਜ਼ਰੂਰ ਲਿਖ ਕੇ ਦੇਵਾਂਗੇ। ਬਾਕੀ ਤੁਹਾਡੀ ਮਰਜ਼ੀ ਹੈ ਬਾਈਕਾਊਟ ਕਰਨਾ ਨਾ ਕਰਨਾ ਤੁਹਾਡੀ ਇੱਛਾ ਇਹ ਕਹਿ ਕੇ ਅਸੀਂ ਬਾਹਰ ਆ ਗਏ। ਪਾਰਟੀ ਤਾਂ ਦੇ ਨਾ ਆਇਆ। ਸਾਰੀ ਪਲੱਸ 2 ਕਲਾਸ ਆ ਗਈ। ਤਾਂ ਮਨ ਨੂੰ ਸਕੂਨ ਮਿਲਿਆ ਕਿ ਚਲੋ ਕਮ ਸੇ ਕਮ ਕੋਈ ਗੜਬੜੀ ਤਾਂ ਨਹੀਂ ਹੋਏਗੀ। ਪ੍ਰੋਗਰਾਮ ਸ਼ੁਰੂ ਹੋਇਆ। ਚਾਰੋਂ ਵਿਦਿਆਰਥੀ ਫਿਰ ਸਕਰੀਨਿੰਗ ਕਮੇਟੀ ਕੋਲੇ ਗਏ ਕਿ ਅਸੀਂ ਕੋਰੀਓਗ੍ਰਾਫੀ ਕਰਨੀ ਹੈ। ਸਕਰੀਨ ਕਮੇਟੀ ਕਹਿਣ ਲੱਗੀ ਕਿ ਸਾਡਾ ਅਧਿਕਾਰ ਖੇਤਰ ਕੱਲ ਖਤਮ ਹੋ ਗਿਆ। ਹੁਣ ਤੇ ਪ੍ਰਿੰਸੀਪਲ ਸਾਰੀ ਇਜਾਜ਼ਤ ਦੇ ਸਕਦੇ ਨਹੀਂ। ਚਾਰੋਂ ਮੇਰੇ ਕੋਲ ਆ ਗਏ। ਸਰ ਅਸੀਂ ਕੋਰੀਓਗ੍ਰਾਫੀ ਕਰਨੀ ਹੈ। ਮੈਂ ਕਿਹਾ ਦੇਖੋ ਪ੍ਰੋਗਰਾਮ ਤੁਹਾਡਾ ਹੈ। ਸਕੂਲ ਤੁਹਾਡਾ ਹੈ। ਸ਼ਿਕਿਆ ਤੁਹਾਡੀ ਹੈ ਅਸੀਂ ਤੁਹਾਡੇ ਵਾਸਤੇ ਹੀ ਆਉਨੇ ਆ ਆਗਿਆ ਹੈ ਕੋਰੀਓਗ੍ਰਾਫੀ ਕਰੋ ਪਰ ਇੱਕ ਗੱਲ ਦਾ ਖਿਆਲ ਰੱਖਿਓ ਕਿ ਜੇ ਕਿਸੇ ਘਟੀਆ ਗਾਣੇ ਤੇ ਕੋਰੀਓਗ੍ਰਾਫੀ ਹੋਈ ਤਾਂ ਅਸੀਂ ਬੇਇੱਜ਼ਤੀ ਕਰਕੇ ਤੁਹਾਨੂੰ ਸਟੇਜ ਤੋਂ ਥੱਲੇ ਉਤਾਰਾਂਗੇ ਕਹਿੰਦੇ ਠੀਕ ਹੈ ਸਰ ਚੱਕ ਕੇ ਚਲੇ ਗਏ ਉਹਨਾਂ ਦੀ ਵਾਰੀ ਆਈ ਚਾਰੋਂ ਵਿਦਿਆਰਥੀਆਂ ਨੇ ਸਰੀਰ ਆਪਣੇ ਸਿਰਾਂ ਦੇ ਉੱਤੇ ਕੇਸਰੀ ਦੋ 17 ਬੰਨੀਆਂ ਹੋਈਆਂ ਸੀ ਗੀਤ ਚੱਲਿਆ 10 ਕਲਗੀ ਵਾਲਿਆ ਵੇ ਦੇਣਾ ਕੌਣ ਦੇਊਗਾ ਤੇਰਾ ਉਸ ਗੀਤ ਦੇ ਉੱਤੇ ਉਹਨਾਂ ਨੇ ਉਹ ਕੋਰੀਓਗ੍ਰਾਫੀ ਕੀਤੀ ਕਿ ਮਨ ਆਸ਼ਾਸ਼ ਕਰ ਉੱਠਿਆ ਕੋਰੀਓਗ੍ਰਾਫੀ ਖਤਮ ਹੁੰਦੇ ਹੀ ਮੈਂ ਸਟੇਜ ਤੇ ਗਿਆ ਤੇ ਕੁਝ ਪੈਸੇ ਨਾਲ ਉਹਨਾਂ ਦਾ ਸਨਮਾਨ ਕੀਤਾ ਮੇਰੇ ਇੰਜ ਕਰਨ ਲਈ ਧੀਰ ਸੀ ਕਿ ਸਾਰਾ ਸਟਾਫ ਵੀ ਪੈਸਨ ਆਲ ਸਟੇਜ ਤੇ ਆਇਆ ਤੇ ਫੈਸਨਾਟੇਡ ਲੱਗ ਗਿਆ ਇਥੋਂ ਤੱਕ ਕਿ ਸਕੂਲ ਦੇ ਵਿਦਿਆਰਥੀ ਵੀ ਆਪਣੇ ਵੱਲੋਂ ਦਸਾ ਬੀਸਾ ਜੋ ਵੀ ਸੀਗਾ ਉਹ ਉਹਨਾਂ ਨੇ ਵੀ ਅਨਾਮ ਵਜੋਂ ਭੇਜਿਆ ਚਲੋ ਸਟਾਫ ਉਤਰਿਆ ਸਟੇਜ ਤੋਂ ਵਿਦਿਆਰਥੀਆਂ ਨੇ ਬੰਸ ਮੋਰ ਬੰਸ ਮੋਰ ਬੰਸ ਮੋਰ ਔਲਾਪਾਤਾ ਕੋਰੀਓਗ੍ਰਾਫੀ ਦੁਆਰਾ ਫਿਰ ਹੋਈ ਬੜੀਆਂ ਤਾੜੀਆਂ ਵੱਜੀਆਂ ਕੋਰੀਓਗ੍ਰਾਫੀ ਦੇ ਅੰਤ ਵਿੱਚ ਵਿਦਿਆਰਥੀ ਨੇ ਕਿਹਾ ਕਿ ਸਰ ਹੁਣ ਸਾਡੀ ਇੱਕ ਬੇਨਤੀ ਹੈ ਕਿ ਸਾਰਾ ਸਟਾਫ ਪ੍ਰਿੰਸੀਪਲ ਸਰ ਜਰੂਰ ਸਟੇਜ ਤੇ ਆਉਣ। ਅਸੀਂ ਚਲੇ ਗਏ ਵੀ ਚਲੋ ਸਭ ਕੁਝ ਠੀਕ ਹੋ ਰਿਹਾ ਹੈ। ਚਲਿਏ ਸਟੇਜ ਤੇ। ਸਟੇਜ ਤੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਮੰਗਦੇ ਹਾਂ ਕਿ ਅਸੀਂ ਕਿਸੇ ਘਟਿਆ ਗਾਣੇ ਤੇ ਕੋਰੀਓਗ੍ਰਾਫੀ ਕਰਨ ਦੀ ਜਿੱਦ ਪੜੀ ਸੀ। ਪਰੰਤੂ ਉਸ ਤੋਂ ਬਾਅਦ ਤੁਸੀਂ ਸਾਨੂੰ ਬਹੁਤ ਅੱਛਾ ਪੜਾਇਆ। ਅਸੀਂ ਅੱਗੇ ਪੇਪਰ ਦੇਣੇ ਨੇ ਅਤੇ ਸਾਰੇ ਪਾਸ ਵੀ ਹੋਵਾਂਗੇ। ਅਸੀਂ ਸਾਰੇ ਸ਼ੁਕਰਗੁਜ਼ਾਰ ਹਾਂ। ਪਰ ਅੱਜ ਅਸੀਂ ਸੱਚਮੁੱਚ ਸਾਰੇ ਸਕੂਲ ਦੇ ਇੰਨੇ ਸ਼ੁਕਰਗੁਜ਼ਾਰ ਆ ਕਿ ਅੱਜ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜੇ ਚੰਗਾ ਕੰਮ ਕਰਾਂਗੇ ਤਾਂ ਇਨਾਮ ਮਿਲੇਗਾ ਅਤੇ ਜੇ ਮਾੜਾ ਕੰਮ ਕਰਾਂਗੇ ਤਾਂ ਬੇਇੱਜ਼ਤੀ ਜ਼ਰੂਰ ਹੋਏਗੀ। ਇਹ ਕਹਿ ਕਿ ਉਹਨਾਂ ਨੇ ਸਾਰੇ ਸਟਾਫ ਦੇ ਗੋਡੀਆਂ ਥਲਾਈ। ਅੱਜ ਵੀ ਰਿਟਾਇਰਮੈਂਟ ਤੋਂ ਬਾਅਦ ਜਦੋਂ ਕਦੇ-ਕਦੀ ਮੈਂ ਕੱਲਾ ਇਸ ਪਲ ਨੂੰ ਯਾਦ ਕਰ ਲੈਣਾ ਤਾਂ ਮੈਂ ਮੁਸਕਰਾਏ ਬਿਨਾ ਨਹੀਂ ਰਹਿ ਸਕਦਾ। ਹੱਸਣ ਬਿਨਾ ਨਹੀਂ ਰਹਿ ਸਕਦਾ। ਖੁਸ਼ ਹੋਣ ਬਿਨਾ ਨਹੀਂ ਰਹਿ ਸਕਦਾ। ਅਤੇ ਮੈਨੂੰ ਸੱਚਮੁੱਚ ਇਹ ਅਨੁਭਵ ਹੋਇਆ ਕਿ ਉਹ ਥਿਊਰੀ ਵੀ ਠੀਕ ਹੈ ਕਿ ਸਿੱਖਿਆ ਬੱਚੇ ਦੇ ਅੰਦਰ ਹੁੰਦੀ ਹੈ ਅਸੀਂ ਉਸ ਦੀ ਸਿੱਖਿਆ ਪ੍ਰੋਸੈਸ ਨੂੰ ਥਿੰਕਿੰਗ ਪ੍ਰੋਸੈਸ ਨੂੰ ਸੋਚ ਦੀ ਵਿਧੀ ਨੂੰ ਉਜਾਗਰ ਕਰਨਾ ਹੁੰਦਾ ਹੈ ਕਿਤਾਬਾਂ ਸਿਰਫ ਤਾਂ ਸਾਰੇ ਹੀ ਪੜਾ ਲੈਂਦੇ ਨੇ ਅਤੇ ਰੱਟੇ ਮਰਵਾ ਕੇ ਪਾਸ ਵੀ ਰਿਜ਼ਲਟ ਵੀ 100% ਆ ਸਕਦਾ ਹੈ ਸਾਡੀ ACR ਵੀ ਵਧੀਆ ਲਿਖੀ ਜਾ ਸਕਦੀ ਹੈ ਪਰੰਤੂ ਇੱਕ ਚੰਗਾ ਇਨਸਾਨ ਸਮਾਜ ਵਿੱਚ ਬਣਾ ਕੇ ਭੇਜਣਾ ਇਹ ਅਧਿਆਪਕ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਅੱਜ ਉਹ ਵਿਦਿਆਰਥੀ ਕਿੱਥੇ ਨੇ ਮੈਨੂੰ ਨਹੀਂ ਪਤਾ। ਇਹ ਪਿਛਲੇ 20 ਸਾਲ ਦੀ ਗੱਲ ਹੈ। ਕਦੇ ਕੰਟੈਕਟ ਨਹੀਂ ਹੋਇਆ। ਪਰੰਤੂ ਅੱਜ ਵੀ ਮੈਂ ਉਹਨਾਂ ਵਿਦਿਆਰਥੀਆਂ ਵਾਸਤੇ ਇਹ ਸ਼ੁਭਕਾਮਨਾਵਾਂ ਪੇਸ਼ ਕਰਦਾ ਹਾਂ। ਕਿਉਂ ਜਿੱਥੇ ਵੀ ਹੋਣ ਖੁਸ਼ ਰਹਿਣ ਅਤੇ ਖੁਸ਼ ਹੀ ਹੋਣਗੇ ਕਿਉਂਕਿ ਉਹਨਾਂ ਨੇ ਸਿੱਖ ਲਿਆ ਹੈ ਕਿ ਜੇਕਰ ਅਸੀਂ ਚੰਗੇ ਕੰਮ ਕਰਾਂਗੇ ਤਾਂ ਇਨਾਮ ਮਿਲੇਗਾ ਅਤੇ ਜੇ ਮਾੜੇ ਕੰਮ ਕਰਾਂਗੇ ਤਾਂ ਬੇਇੱਜ਼ਤੀ ਜ਼ਰੂਰ ਹੋਏਗੀ ਸੋ ਮੇਰੀ ਦੀ ਆਪਕ ਸਾਥੀ ਨੂੰ ਵੀ ਇਹ ਹੀ ਬੇਨਤੀ ਹੈ ਕਿ ਕਿਰਪਾ ਕਰਕੇ ਇੱਕ ਚੰਗਾ ਮਨੁੱਖ ਵਿਦਿਆਰਥੀ ਤੋਂ ਅੰਦਰੋਂ ਕੱਢ ਲਿਓ ਅਤੇ ਉਸ ਨੂੰ ਬਾਹਰ ਕੱਢ ਕੇ ਉਸ ਦੀ ਥਿੰਕਿੰਗ ਪ੍ਰੋਸੈਸ ਨੂੰ ਚਾਲੂ ਕਰਕੇ ਸਮਾਜ ਵਿੱਚ ਭੇਜੋ ਕਾਮਯਾਬ ਉਹ ਆਪੇ ਹੋ ਜਾਣਗੇ ਸਿਲੇਬਸ ਤਾਂ ਅਸੀਂ ਸਾਰਿਆਂ ਨੇ ਕਰਾ ਹੀ ਲੈਣਾ ਹੈ ਚੰਗੇ ਮਨੁੱਖ ਬਣਾਉਣਾ ਸਾਡਾ ਫਰਜ਼ ਹੈ ਬਹੁਤ-ਬਹੁਤ ਧੰਨਵਾਦ